ਤੁਸੀਂ ਦੇਖ ਰਹੇ ਹੋ ਮਾਲਵਾ ਐਮ ਬੀ ਟੀ ਵੀ ਅਤੇ ਮੈਂ ਗੁਰਵਿੰਦਰ ਸਿੰਘ ਰੋਮੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਹਿਰਾ ਗਾਗਾ ਦੀਆਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਆਟਾ ਦਾਲ ਸਕੀਮ ਵਾਲੇ ਕਾਰਡ ਨੇ ਜਿਹੜੇ ਉਹ ਹੁਣ ਕੱਟ ਲੱਗਣਾ ਸ਼ੁਰੂ ਹੋ ਗਏ ਹੈ ਜਾਣਕਾਰੀ ਮਿਲੀ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ ਵੱਖ ਤੌਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਹੜਾ ਵਿਅਕਤੀ ਜਾਇਜ਼ ਹੈ ਅਤੇ ਕਿਹੜਾ ਵਿਅਕਤੀ ਨਾਜਾਇਜ਼ ਰਾਸ਼ਨ ਲੈ ਰਿਹਾ ਹੈ ਕਿਉਂਕਿ ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਦੇ ਪੁਰਦੇ ਪਰਿਵਾਰ ਨੇ ਜਿਹੜੇ ਘਰੋਂ ਪੂਰੀ ਗਿੱਲ 'ਚ ਨੇ ਉਹਨਾਂ ਦੇ ਵੀ ਰਾਸ਼ਨ ਕਾਰਡ ਬਣੇ ਹੋਏ ਨੇ ਅਤੇ ਕਈ ਐਸੇ ਪਰਿਵਾਰ ਜੋ ਕਿ ਹਾਲੇ ਵੀ ਗਰੀਬੀ ਦੀ ਰੇਖਾ 'ਚ ਨੇ ਉਹ ਵਾਂਝੇ ਨੇ। ਸੋ ਇਸ ਗੱਲਾਂ ਨੂੰ ਲੈ ਕੇ ਪ੍ਰੋਪਰ ਚੈਕਿੰਗ ਕੀਤੀ ਗਈ ਹੈ ਅਤੇ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ। 12% ਕਟੌਤੀ ਦੀ ਗੱਲ ਆਖੀ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਗਰ ਕਿਸੇ ਸਹੀ ਬੰਦੇ ਦਾ ਰਾਸ਼ਨ ਕਾਰਡ ਕੱਟਿਆ ਜਾਂਦਾ ਤਾਂ ਉਹ ਜਾ ਕੇ ਦਫ਼ਤਰ ਦੇ ਵਿੱਚ ਜਾਣਕਾਰੀ ਦੇ ਕੇ ਉਸਨੂੰ ਚਾਲੂ ਕਰ ਦਿੱਤਾ ਜਾਵੇਗਾ। ਐਡਵੋਕੇਟ ਵਰਿੰਦਰ ਗੋਇਲ ਲਹਿਰਾ ਗਾਗਾ ਕੁਝ ਜਾਣਕਾਰੀ ਦੇ ਰਹੇ ਨੇ, ਤੁਹਾਨੂੰ ਸੁਣਾਉਂਦੇ ਆ ਕੀ ਜਾਣਕਾਰੀ ਦੇ ਰਹੇ ਨੇ। ਪਰ ਉੱਥੇ ਹੀ ਆਮ ਲੋਕਾਂ ਨੇ ਵੀ ਇਹ ਮੰਗ ਕੀਤੀ ਹੈ ਕਿ ਜਿਹੜੇ ਵਧੀਆ ਪਰਿਵਾਰ ਨੇ ਪਰ ਰਾਸ਼ਨ ਕਾਰਡ ਬਣਾਈ ਫਿਰਦੇ ਨੇ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਜਾਣੇ ਹੀ ਚਾਹੀਦੇ ਨੇ ਅਤੇ ਗਰੀਬ ਵਰਗ ਨੂੰ ਦਿੱਤੇ ਜਾਣ। ਆਓ ਸੁਣਦੇ ਹਾਂ ਕੀ ਹੈ ਮੈਟਰ ਹੈ ਜੀ। ਦੇਖੋ, ਜਿਹੜੇ ਰਾਸ਼ਨ ਕਾਰਡ ਕੱਟੇ ਗਏ ਨੇ ਇਹ ਗੱਲ ਮੇਰੇ ਧਿਆਨ ਦੇ ਵਿੱਚ ਆਈ ਹੈ ਕਿ ਕੁਛ ਲੋਕਾਂ ਨੂੰ ਸ਼ਿਕਾਇਤ ਹੈ ਕਿ ਸਾਡੇ ਰਾਸ਼ਨ ਕਾਰਡ ਨਜਾਇਜ਼ ਤੌਰ 'ਤੇ ਕੱਟ ਦਿੱਤੇ ਗਏ ਨੇ। ਸੋ ਇਸ ਸੰਬੰਧ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਨੇ ਸਰਕਾਰ ਨੇ ਇੱਕ ਡਾਟਾ ਲਿਆ, ਕਿਉਂਕਿ ਆਧਾਰ ਕਾਰਡ ਦੇ ਨਾਲ ਰਾਸ਼ਨ ਕਾਰਡ ਵੀ ਜੁੜਿਆ ਹੋਇਆ, ਆਧਾਰ ਕਾਰਡ ਦੇ ਨਾਲ ਜੇ ਫਾਰਮ ਵੀ ਜੁੜਿਆ ਹੋਇਆ। ਸੋ ਜਿਹੜੇ ਕਿਸੇ ਬੰਦੇ ਨੇ 5 ਲੱਖ ਦੀ ਫਸਲ ਇੱਕ ਸਾਲ ਦੇ ਵਿੱਚ ਵੇਚੀ ਹੈ ਉਹ ਡਾਟਾ ਇਕੱਠਾ ਕਰਕੇ, ਕਿਉਂਕਿ 5 ਲੱਖ ਦੀ ਫਸਲ ਉਹ ਬੰਦਾ ਵੇਚੂ ਜਿਹਦੇ ਕੋਲ ਸਾਧਨ ਹੋਏਗਾ। ਸੋ ਸਰਕਾਰ ਨੇ ਉਸ 'ਤੇ ਫੈਸਲਾ ਕੀਤਾ ਕਿ ਜਿਹੜੇ 5 ਲੱਖ ਦੀ ਫਸਲ ਵੇਚੀ ਹੈ ਉਹ ਰਾਸ਼ਨ ਕਾਰਡ ਕੱਟ ਦਿੱਤੇ ਜਾਣ। ਪਰ ਮੈਂ ਇਸ ਸੰਬੰਧ ਦੇ ਵਿੱਚ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਜ਼ਮੀਨਾਂ ਠੇਕੇ 'ਤੇ ਲਈਆਂ ਹੋਈਆਂ ਨੇ, ਜ਼ਮੀਨਾਂ ਠੇਕੇ 'ਤੇ ਲੈ ਕੇ ਉਹਨਾਂ ਨੇ ਕਾਸ਼ਤ ਕੀਤੀ ਹੈ ਅਤੇ ਫਸਲ ਵੇਚੀ ਹੈ, ਇਹ ਕਾਨੂੰਨ ਉਹਨਾਂ 'ਤੇ ਲਾਗੂ ਨਹੀਂ ਹੁੰਦਾ। ਸੋ ਵੈਸੇ ਤਾਂ ਚਾਹੀਦਾ ਇਹ ਆ ਵੀ ਜਿਹੜਾ ਕੰਮ ਸਰਕਾਰ ਕਰ ਰਹੀ ਹੈ ਲੋਕ ਆਪਣੇ ਆਪ ਕਰ ਦਿੰਦੇ। ਇਹਦਾ ਵੱਡਾ ਕਾਰਨ ਵੀ ਇਹ ਹੈ ਕਿ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿਛਲੀ ਸਰਕਾਰ ਦੇ ਨੁਮਾਇੰਦਿਆਂ ਨੇ ਧੜਾ ਧੜ ਰਾਸ਼ਨ ਕਾਰਡ ਬਣਾਤੇ ਅਤੇ ਜਿਹਦੇ ਕਰਕੇ ਪੂਰੇ ਪੰਜਾਬ ਦੇ ਵਿੱਚ ਹਫੜਾ ਦਫੜੀ ਇਸ ਗੱਲ ਲਈ ਫੈਲੀ ਹੈ ਕਿ ਕੇਂਦਰ ਸਰਕਾਰ ਨੇ 11-12% ਅਨਾਜ ਘੱਟ ਭੇਜਤਾ। ਹੁਣ ਜਿਹੜੇ ਰਾਸ਼ਨ ਕਾਰਡ ਨਜਾਇਜ਼ ਬਣ ਗਏ ਜਾਇਜ਼ ਬਣ ਗਏ ਉਹ ਤਾਂ ਰਾਸ਼ਨ ਮੰਗਦੇ ਸੀ, ਡਿਪੂ ਹੋਲਡਰ ਅਲੱਗ ਪਰੇਸ਼ਾਨ ਨੇ, ਇੰਸਪੈਕਟਰ ਅਲੱਗ ਪਰੇਸ਼ਾਨ ਨੇ। ਸੋ ਇਹਦਾ ਇੱਕੋ ਇੱਕ ਹੱਲ ਇਹ ਸੀ ਕਿ ਜੋ ਵੀ ਬੰਦਾ ਸਹੀ ਡਿਜ਼ਰਵ ਕਰਦਾ, ਜਿਹਦਾ ਹੱਕ ਹੈ, ਉਸ ਬੰਦੇ ਨੂੰ ਰਾਸ਼ਨ ਮਿਲੇ। ਸੋ ਸਰਕਾਰ ਇਸ ਗੱਲ ਵੱਲ ਕਦਮ ਚੱਕ ਰਹੀ ਹੈ। ਸੋ ਲੋਕਾਂ ਨੂੰ ਚਾਹੀਦਾ ਤਾਂ ਇਹ ਹੈ ਵੀ ਜਿਨ੍ਹਾਂ ਲੋਕਾਂ ਨੇ ਰਾਸ਼ਨ ਕਾਰਡ ਗਲਤ ਬਣਵਾ ਲਏ, ਜਿਨ੍ਹਾਂ ਕੋਲ ਜ਼ਮੀਨਾਂ ਨੇ, ਜਿਨ੍ਹਾਂ ਕੋਲ ਕਾਰਾਂ ਨੇ, ਉਹ ਖੁਦ ਆਪਣੇ ਰਾਸ਼ਨ ਕਾਰਡ ਕਟਵਾਉਣ ਦੇ ਲਈ ਅੱਗੇ ਆਉਣ ਤਾਂ ਕਿ ਗਰੀਬਾਂ ਨੂੰ ਉਹਨਾਂ ਦਾ ਬਣਦਾ ਹੱਕ ਹੈ ਜਿਹੜਾ ਉਹ ਮਿਲ ਸਕੇ। ਇਸ ਦੇ ਲਈ ਜਿਹੜੇ ਲੋਕ ਇਸ ਤਰ੍ਹਾਂ ਅੱਗੇ ਆਉਣਗੇ ਅਸੀਂ ਉਹਨਾਂ ਦਾ ਸਤਿਕਾਰ ਵੀ ਕਰਾਂਗੇ ਕਿ ਆਪਣੇ ਆਪ, ਕਿਉਂਕਿ ਗਰੀਬ ਦਾ ਅਨਾਜ ਖਾਣਾ ਇਹ ਕੋਈ ਵਧੀਆ ਗੱਲ ਨਹੀਂ ਹੈਗੀ। ਸੋ ਮੈਂ ਬੇਨਤੀ ਕਰਦਾ ਕਿ ਜਿਹੜੇ ਲੋਕਾਂ ਦੇ ਕੱਟੇ ਨੇ ਕਾਰਡ ਉਹ ਹੱਕਦਾਰ ਨੇ, ਉਹ ਆ ਕੇ ਐਸ ਡੀ ਐਮ ਸਾਹਿਬ ਲਵੇ, ਫੂਡ ਸਪਲਾਈ ਦੇ ਅਧਿਕਾਰੀਆਂ ਕੋਲ ਆਪਣੀ ਗੱਲ ਰੱਖਣ। ਮੈਂ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜੋ ਹੱਕਦਾਰ ਨੇ ਉਹਨਾਂ ਨੂੰ ਬਿਲਕੁਲ ਮਿਲੇਗਾ ਅਤੇ ਜਿਹੜੇ ਨਹੀਂ ਹੱਕਦਾਰ ਉਹਨਾਂ ਦੇ ਬਿਲਕੁਲ ਕੱਟੇ ਜਾਣਗੇ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਆਪਦਾ ਪੱਖ ਰੱਖਣ, ਸਾਰਿਆਂ ਦੇ ਰਾਸ਼ਨ ਕਾਰਡ ਸਹੀ ਤੌਰ 'ਤੇ ਬਣਾ ਕੇ ਦਿੱਤੇ ਜਾਣ।